ਗਰੀਬੇ ਦੂਰ ਹੋ ਗਏ ਗਰੀਬੀ ਦੂਰ ਕਰਨ ਦੇ ਮਾਰੇ ਗਰੀਬੇ ਦੂਰ ਹੋ ਗਏ ਨਾ ਤੂੰ ਕੀ ਕਰਾਂਗੇ ਇਹਨਾਂ ਦੀਆਂ ਸਰਕਾਰਾਂ ਨੂੰ ਸਾਰੀ ਪਾਰਟੀਆਂ ਡਰਾਮੇਬਾਜ਼ੀ ਨੇ ਕੁਛ ਨਹੀਂ ਕਰਿਆ ਇਹਨਾਂ ਨੇ ਬਹੁਤ ਮਾੜੇ ਹਾਲਾਤ ਨੇ ਬਜ਼ੁਰਗਾਂ ਦੇ ਸਾਰੇ ਜਾਣਦੇ ਨੇ ਸਾਨੂੰ ਮੋਬਾਈਲ ਦੇ ਵਾਅਦੇ ਕੀਤੇ ਗਏ ਸਾਨੂੰ ਵੋਟਾਂ ਦੇ ਕਿਹਾ ਕੰਮ ਦੇ ਜੋਬ ਦੇ ਕਹਿਤੇ ਗਏ ਕਿਸੇ ਨਹੀਂ ਲਵਾਏ ਸਨ ਆਪਣੇ ਅੱਜ ਆਉਣ ਵਾਲੀ ਜਨਰੇਸ਼ਨ ਨੂੰ ਕੀ ਚਾਹੀਦੀ ਹੈ ਸਟੱਡੀ ਮੈਡੀਕਲ ਫੈਸਿਲਿਟੀ ਹੋਣੀ ਚਾਹੀਦੀ ਹੈ ਜੇ ਆਪਾਂ ਨੂੰ ਦੋ ਚੀਜ਼ਾਂ ਉਰੀ ਮਿਲ ਜਾਣਗੀਆਂ ਬੰਦਾ ਹੋਰ ਕਿਤੇ ਕਿਉਂ ਜਾਊਗਾ ਸਰਕਾਰ ਦਾ ਕੀ ਫਾਇਦਾ ਸੀ ਆਪ ਕਮਾਉਣਾ ਆਪ ਆਪਣਾ ਘਰ ਚਲਾਉਣਾ ਗੁਟਕਾ ਸਾਹਿਬ ਦੀ ਸੌਂਗ ਖਾਧੀ ਹੈ ਇਹਨਾਂ ਨੇ ਇਹਨਾਂ ਨੂੰ ਉਹੀ ਭੁਗਤਣੀਆਂ ਪੈ ਰਹੀਆਂ ਜਿਹੜੇ ਗੁਰੂ ਗ੍ਰੰਥ ਸਾਹਿਬ ਦੀ ਸੌਂਗ ਖਾਧੀ ਬੇਰੋਜ਼ਗਾਰੀ ਬਹੁਤ ਹੈ ਜੀ ਉਰੇ ਬੇਰੋਜ਼ਗਾਰੀ ਖਤਮ ਹੋ ਜਾ ਸਭ ਪਤਾ ਹੀ ਚਾਹੁੰਦੇ ਆ ਸੜਕਾਂ ਤਾਂ ਇਹਨਾਂ ਤੋਂ ਬਣਦੀਆਂ ਨਹੀਂ ਹੋਰ ਇਹ ਕੀ ਕਰਨਗੇ ਇਹ ਗੱਲ ਕੱਟ ਲਿਓ ਭਾਵੇਂ ਵਿੱਚ ਲਗਾ ਦਿਓ ਠਿਕ ਇੱਕ ਠੋਕ ਕੇ ਕਹਿੰਦਾ ਮੈਂ ਹਾਂ मैं हाँ सना तो देखो पंजाब च वी नू वोटा होने जा रही ने एंड मैं भी बहुत ज्यादा एक्साइटेड हाँ पंजाब के लोग डेफिनेटली एक्साइटेड होंगे उन्होंने नाल आज गलबात करांगे क्योंकि पंजाब च बिल्कुल माहौल होया पोलिटिकल सो लेट्स सी कि पंजाब के लोग किन्नू वोट पहुँच जा रहे हैं की उन्होंने उम्मीदा ने कम विद मी कर कर जी हूँ केजरीवाल भगवंत मान की गल चल रही मैडम अपने सामने आम आदमी पार्टी एक नवा चेहरा आ रहे हैं जो आम आदमी पार्टी की सपोर्ट करिए सब तो वधिया रहूगा मैं भी चाहना भी इस बार चेंजेस आन क्योंकि लगातार पंजाब दो ही पार्टी ने राज किया टफ है कंपीटीशन अच्छा लोकल कैंडीडेट है जगदीश कुमार जग्गा ਉਹਨਾਂ ਦੀ ਫੈਨ ਫੋਲੋਇੰਗ ਬਹੁਤ ਹੈ ਅੱਛਾ ਜੀ ਆਮ ਆਦਮੀ ਦੀ ਵੀ ਇੱਕ ਸਾਈਡ ਹੋਈ ਪਈ ਹੈ ਵਿਲੇਜ ਵੋਟ ਤੁਹਾਨੂੰ ਪਤਾ ਇਸ ਟਾਈਮ ਮਤਲਬ ਟਫ ਹੈ ਕੰਪੀਟੀਸ਼ਨ ਕਹਿ ਨਹੀਂ ਸਕਦੇ ਵੀ ਕੌਣ ਜਿੱਤੇਗਾ ਅਕਾਲੀ ਦਲ ਨੂੰ ਵੋਟ ਪਾਉਣ ਜਾ ਰਹੇ ਹਾਂ ਚਾਂਸ ਹੈ ਅੱਛਾ ਇਦਾਂ ਕਿਉਂ ਤੇ ਕਿਉਂ ਕੀ ਸੋਚ ਰਹੇ ਹੋ ਤੁਸੀਂ ਉਹ ਚੇਂਜਸ ਲੈ ਕੇ ਆਣਗੇ ਮੈਨੂੰ ਪਤਾ ਕੀ ਗੱਲ ਹੈ ਐਕਚੁਅਲੀ ਮੈਂ ਆਮ ਆਦਮੀ ਪਾਰਟੀ ਦਾ ਏਜੰਡਾ ਦੇਖਿਆ ਹੈਗਾ ਉਹਨਾਂ ਦਾ ਮੈਨੀਫੈਸਟੋ ਦੇਖਿਆ ਉਹਦੇ ਵਿੱਚ ਕੀ ਦੇਖਿਆ ਜਾ ਰਿਹਾ ਕਿ ਉਹ ਸਿਰਫ ਲੋਕਾਂ ਨੂੰ ਨਾ ਜਿਵੇਂ ਪੈਸੇ ਦਾ ਲਾਲਚ ਦੇ ਰਹੇ ਹੈਗੇ ਆ ਸਿਰਫ ਉਹ ਦੇਖਿਆ ਜਾ ਰਿਹਾ ਕੋਈ ਉਹਨਾਂ ਦਾ ਮੈਨੀਫੈਸਟੋ ਨਹੀਂ ਹੈ ਵੀ ਪੰਜਾਬ ਵਾਸਤੇ ਕੀ ਕਰਨਗੇ ਲੋਕਾਂ ਵਾਸਤੇ ਕੀ ਕਰਨਗੇ ਉਹ ਦੂਜੀ ਪਾਸੇ ਮੈਂ ਦੇਖਿਆ ਹੈਗਾ ਆਪਣੇ ਅਕਾਲੀ ਦਲ ਦਾ ਏਜੰਡਾ ਉਹਦੇ ਵਿੱਚ ਮੈਨੀਫੈਸਟੋ ਦੇਖਿਆ ਵੀ ਉਹਦੇ 'ਚ ਨਾ ਲੋਕਾਂ ਵਾਸਤੇ ਲੇਡੀਜ਼ ਵਾਸਤੇ ਸਪੈਸ਼ਲ ਸਕੀਮਾਂ ਹੈਗੀਆਂ ਵੀ ਉਹਨਾਂ ਨੂੰ ਲੋਨ ਮਿਲਣਾ ਹੈਗਾ ਫਿਊਚਰ ਵਾਸਤੇ ਸਕੀਮਾਂ ਆ ਰਹੀ ਹੈਗੀਆਂ ਹਰ ਇੱਕ ਵਰਗ ਵਾਸਤੇ ਵਪਾਰੀ ਵਰਗ ਵਾਸਤੇ ਕਿਸਾਨਾਂ ਵਰਗ ਵਾਸਤੇ ਹਰ ਇੱਕ ਬੰਦੇ ਵਾਸਤੇ ਕੰਮ ਦਿਖਾਇਆ ਗਿਆ ਸਿਸਟਮ ਦਿਖਾਇਆ ਗਿਆ ਜਿਹੜੇ ਕਿ ਪੰਜਾਬ ਵਾਸੀਆਂ ਲਈ ਬਹੁਤ ਜ਼ਰੂਰੀ ਹੈ ਆਮ ਆਦਮੀ ਨੇ ਜੀ ਇਦਾਂ ਇੱਕਦਮ ਸਪਸ਼ਟ ਕਿੱਦਾਂ ਕਿਉਂ ਸਪਸ਼ਟ ਇਹ ਆ ਜੀ ਪਹਿਲਾਂ ਕਾਂਗਰਸੀ ਵੀ ਦੇਖ ਲਏ ਅਕਾਲੀ ਵੀ ਦੇਖ ਲਏ ਦੋਹਾਂ ਦਾ ਘੋਲ ਦੇਖ ਲਿਆ ਗਰੀਬੇ ਦੂਰ ਹੋ ਗਏ ਗਰੀਬੀ ਦੂਰ ਕਰਨ ਦੇ ਮਾਰੇ ਗਰੀਬੇ ਦੂਰ ਹੋ ਗਏ ਉਹਨਾਂ ਤੋਂ ਅੱਜ ਇੰਨੀ ਮਤਲਬ ਤੰਗੀ ਆ ਹਰ ਬੰਦੇ ਨੂੰ ਹੁਣ ਇੱਥੇ 22 ਨੰਬਰ ਦਾ ਹਾਲ ਦੇਖਦੇ ਹਾਂ ਅਸੀਂ ਇੱਥੇ ਕੰਮ ਲੱਗਦਾ ਹੀ ਨਹੀਂ ਹੈ ਹਾਂਜੀ ਇੰਨਾ ਬੁਰਾ ਹਾਲ ਹੋ ਗਿਆ ਇਹਨਾਂ ਨੂੰ ਬਾਹਰ ਲਿਆਂਦੀ ਤਾਂ ਪੈਗੀ ਘਰਦਿਆਂ ਦੀ ਪਈ ਨਹੀਂ ਜਿਹੜੇ ਇੱਥੇ ਪੰਜਾਬੀ ਬੰਦੇ ਨੇ ਭੁੱਖੇ ਮਰ ਰਹੇ ਕਾਂਗਰਸ ਮਤਲਬ ਫੱਟੇ ਚੱਕ ਦੂ ਹਾਂਜੀ ਕਾਂਗਰਸ ਹੈ ਆਪਣੀ ਤੋਂ ਕਾਂਗਰਸ ਜਿੱਤੇਗੀ ਝਾੜੂ ਨੂੰ ਜੀ अच्छा जी ते एदा क्यों लग रहा है झाड़ू आएगा ते सफाई सफुई हो जूगी प्रॉपर सफाई इन्होंने गंदे बहुत पाया है जेड़ा सफाई ये दो बारी च होनी है जी 10 साल में जाके सेट होना काम नौकरी कोई नहीं जी सब प्राइवेट करी जांदे है जी हां हां गांह वाले जेड़े जवाक ने उना बारे दे भविष्य सारा खतरे च आए बारी कदे कालियां नु दे दी वोट कदे कांग्रेस नु पा दी ਆਪਾਂ ਨੇ ਇਸ ਵਾਰੀ ਸੋਚਿਆ ਵੀ ਕਿਸੇ ਇੱਕ ਨੂੰ ਵੀ ਤੀਜੇ ਨੂੰ ਵੀ ਮੌਕਾ ਦੇਣਾ ਚਾਹੀਦਾ ਹੈ ਕਾਫੀ ਸਾਲਾਂ ਤੋਂ ਮਤਲਬ ਇੱਕ ਹੀ ਜਿਹੜਾ ਸਿਸਟਮ ਉਹਨੂੰ ਅਸੀਂ ਰਿਪੀਟ ਕਰਦੇ ਆ ਰਹੇ ਹਾਂ ਤੇ ਮਤਲਬ ਮੇਰਾ ਆਪਣਾ ਇਹ ਪਰਸਨਲ ਓਪੀਨੀਅਨ ਹੈ ਕਿ ਇਸ ਵਾਰੀ ਕੁਝ ਸਿਸਟਮ ਨੂੰ ਚੇਂਜ ਕੀਤਾ ਜਾਵੇ ਅੱਜ ਦੇ ਯੁੱਗ ਦੇ ਵਿੱਚ ਦੇਖੋ ਮਹਿੰਗਾਈ ਬਹੁਤ ਕਰਤੀ ਇਹਨਾਂ ਨੇ ਤੇ ਜਿਹੜੇ ਸਾਡੇ ਬੱਚੇ ਨੇ ਉਹ ਪੜ੍ਹੇ ਲਿਖੇ ਫਿਰ ਰਹੇ ਨੇ ਮੈਂ ਇੱਕ ਦਿਹਾੜੀਦਾਰ ਮਜ਼ਦੂਰ ਹਾਂ ਤੇ ਮੇਰੇ 4 ਬੱਚੇ ਨੇ ਚਾਰੋਂ ਬੱਚੇ ਮੇਰੇ ਡਿਗਰੀਆਂ ਕਰੀ ਬੈਠੇ ਨੇ ਇਹਨਾਂ ਨੇ ਅੱਜ ਤੱਕ ਕਿਸੇ ਬੱਚੇ ਨੂੰ ਨੌਕਰੀ ਨਹੀਂ ਦਿੱਤੀ ਠੀਕ ਹੈ ਅਤੇ ਮਹਿੰਗਾਈ ਦੀ ਗੱਲ ਕਰੋ ਸਰੋਂ ਦਾ ਤੇਲ ਲਾ ਲਓ ਅਤੇ ਘੀ ਲਾ ਲਓ ਇਹਨਾਂ ਨੇ ਦੁੱਗਣੇ ਰੇਟ 'ਤੇ ਮਾਰਿਆ ਚੱਕ ਕੇ ਕਿਸ ਨੇ ਕੁਛ ਅੱਜ ਤੱਕ ਤਾਂ ਕੰਮ ਕੀਤਾ ਨਹੀਂ ਸਾਡੇ ਵਾਸਤੇ ਅਤੇ ਹੁਣ ਉਮੀਦ ਹੈ ਆਮ ਆਦਮੀ ਪਾਰਟੀ ਤੋਂ ਕੁਛ ਉਮੀਦ ਹੈ ਅਤੇ ਦੇਖੋ ਕੀ ਬਣਦਾ ਇਸ ਵਾਰ ਦੇਖੋ ਆਮ ਪਾਰਟੀ ਲਈ ਆ ਠੀਕ ਹੈ ਜੀ ਪਹਿਲਾਂ ਸੋਚਿਆ ਜੀ ਦੇਖੋ ਕਿਸਾਨਾਂ ਨਾਲ ਆ ਦੇਖੋ ਕਿਸਾਨ ਨੇ ਜਿਹੜੀ ਪਾਰਟੀ ਬਣੀ ਆ ਉਹਨਾਂ ਨੇ ਵੀ ਤੁਹਾਨੂੰ ਪਤਾ ਸਾਰੇ ਬੀਜੇਪੀ ਵਾਲੇ ਸਿਲੈਕਟ ਕੀਤੇ ਨੇਗੇ ਬੀਜੇਪੀ ਆਪਣੇ ਪੰਜਾਬ ਨੂੰ ਪਹਿਲੀ ਖਤਮ ਕਰਨ ਲੱਗ ਰਹੀ ਹੈ ਜੀ ਕਿਉਂਕਿ ਹੁਣ ਆਪਣਾ ਕਿੰਨਾ ਟਾਈਮ ਮੋਰਚਾ ਚੱਲਿਆ ਜੀ ਉਦੋਂ ਕਿੱਥੇ ਗਏ ਸੀ ਲੀਡਰ ਅੱਜ ਸਾਰੇ ਘਰੇ ਆ ਗਏ ਨੇਗੇ ਠੀਕ ਹੈ ਜੀ ਅੱਜ ਹੁਣ ਕੋਈ ਪਾਥੀਆਂ ਪੱਥ ਰਿਹਾ ਕੋਈ ਸਾਈਕਲ 'ਤੇ ਚੜ੍ਹ ਰਿਹਾ 5 ਸਾਲ ਤਾਂ ਕਿੱਥੇ ਸੀ ਕਿੰਨਾ ਪਾਥੀਆਂ ਸੀ ਨਾ ਸਾਈਕਲ ਸੀ ਆਮ ਆਦਮੀ ਪਾਰਟੀ ਨੂੰ ਵੈਸੇ ਦੇਣਾ ਚਾਹੀਦਾ ਮੌਕਾ ਬਈ ਮੌਕਾ ਕਿਉਂਕਿ ਹਜੇ ਤੱਕ ਜਿਨ੍ਹਾਂ ਨੂੰ ਦਿੱਤਾ ਹੈਗਾ ਉਹਨਾਂ ਨੇ ਕਰਿਆ ਕੱਖ ਨਹੀਂ ਹੈਗਾ ਆਹ ਨੌਜਵਾਨ ਪੀੜ੍ਹੀ ਤੁਹਾਡੇ ਸਾਹਮਣੇ ਉਰੇ ਗੇੜੀ 'ਤੇ ਫਿਰਦੀ ਹੈਗੀ ਪਹਿਲਾਂ ਕੈਪਟਨ ਝੂਠੇ ਵਾਅਦੇ ਕਰ ਗਿਆ ਹੈਗਾ ਗੁਟਕਾ ਸਾਹਿਬ ਹੱਥ 'ਚ ਲੈ ਕੇ ਉਹਨੇ ਕੀ ਕਰਤਾ ਕੁਛ ਵੀ ਨਹੀਂ ਕਰਿਆ ਹੈਗਾ ਆਮ ਕਾਂਗਰਸ ਵੀ ਅਕਾਲੀਆਂ ਨੂੰ ਬਥੇਰਾ ਮੌਕਾ ਦੇ ਰਹੇ ਹਾਂ 5 ਸਾਲ ਉਹਨੂੰ ਦਿੱਤਾ 10 ਸਾਲ ਉਹਨੂੰ ਦਿੱਤਾ ਠੀਕ ਹੈ ਉਹ ਗੱਲ ਵੱਖਰੀ ਹੈ ਪਰ ਨਵੀਂ ਪਾਰਟੀ ਨੂੰ ਮੌਕਾ ਦਈਏ ਉਹ ਚਾਹੁੰਦੀ ਕੀ ਆ ਦੇਖੋ ਸਰਕਾਰਾਂ ਆਉਂਦੀਆਂ ਨੇ ਇਲੈਕਸ਼ਨ ਹੁੰਦੇ ਨੇ ਵੋਟਾਂ ਲੈ ਕੇ ਚਲੇ ਜਾਂਦੇ ਨੇ ਉਸ ਤੋਂ ਬਾਅਦ ਸਾਡੇ ਬਾਰੇ ਕੋਈ ਸੋਚਦਾ ਨਹੀਂ ਅਸੀਂ ਇੱਕ ਆਮ ਜਨਤਾ ਹਾਂ ਜੀ ਆਟੋ ਚਲਾਉਣ ਵਾਲੇ ਦਿਹਾੜੀ ਵਾਲੇ ਬੰਦੇ ਹਾਂ ਦੇਖੋ ਸਾਨੂੰ ਨੌਕਰੀਆਂ ਦੀ ਨੌਕਰੀ ਚਾਹੀਦੀ ਹੈ
ਅਤੇ ਨੌਕਰੀ ਵਾਸਤੇ ਅਸੀਂ ਮਤਲਬ ਕਿਤੇ ਵੀ ਜਾਂਦੇ ਹਾਂ ਬਹੁਤ ਸਾਰੇ ਮਤਲਬ ਐਪੀਡੇਟ ਖੁੱਲ੍ਹੇ ਹੋਏ ਆ, ਪਰ ਉਹਨਾਂ ਵਿੱਚ ਅਸੀਂ ਕਿੱਧਰ ਵੀ ਜਾਂਦੇ ਹਾਂ ਸਾਨੂੰ ਕੋਈ ਨੌਕਰੀ ਕਿੱਧਰੇ ਮਿਲ ਨਹੀਂ ਰਹੀ। ਅਸੀਂ ਬਹੁਤ ਮਜਬੂਰ ਹਾਂ, ਇੱਥੇ ਦੇਖੋ ਆਟੋ ਚਲਾਉਂਦੇ ਹਾਂ, ਵਿਹਲੇ ਖੜ੍ਹੇ ਹੋਏ ਹਾਂ, ਕੰਮ ਕਾਰ ਹੈ ਨਹੀਂ, ਸਵੇਰੇ 4 ਵਜੇ ਗੱਡੀਆਂ ਨੰਬਰ 'ਤੇ ਲਾਈ ਦੇ, ਹਜੇ ਤੱਕ ਨੰਬਰ ਨਹੀਂ ਆਏ। ਅਤੇ ਅਸੀਂ ਸਰਕਾਰ ਨੂੰ ਇਹੀ ਕਰਨਾ ਚਾਹੁੰਦੇ ਹਾਂ, ਦੇਖੋ ਸਰਕਾਰ ਕੋਈ ਵੀ ਆਵੇ ਚੰਗੀ ਆਵੇ, ਪਰ ਸਾਡੀ ਗਰੀਬ ਜਨਤਾ ਬਾਰੇ, ਇੱਕ ਨੌਜਵਾਨਾਂ ਬਾਰੇ ਸੋਚਣਾ ਚਾਹੀਦਾ ਕਿ ਸਾਨੂੰ ਨੌਕਰੀਆਂ ਦੀ ਬਹੁਤ ਭਾਲ, ਅਸੀਂ ਬੇਰੁਜ਼ਗਾਰ ਹੋਏ ਪਏ ਹਾਂ ਕਿ ਘਰ ਦੇ ਬਹੁਤ ਜ਼ਿਆਦਾ ਖਰਚੇ ਆ ਅੱਜ ਦੇ ਟਾਈਮ ਵਿੱਚ, ਹਰ ਚੀਜ਼ ਦਾ ਰੇਟ ਵੱਧਦਾ। ਜੇ ਅਸੀਂ ਸਵਾਰੀ ਨੂੰ 10-20 ਲੈਂਦੇ ਹਾਂ ਅਤੇ ਉਹ ਕਹਿੰਦੇ ਨੇ ਇੱਥੋਂ ਤੱਕ ਜਾਣਾ ਤੁਸੀਂ 20 ਰੁਪਏ ਲੈ ਰਹੇ ਹੋ, ਪਰ ਕੀ ਕਰੀਏ ਮੈਡਮ ਜੀ, ਤੇਲ ਗੱਡੀ ਦਾ ਖਰਚਾ ਇੰਨਾ ਜ਼ਿਆਦਾ ਵੱਧ ਗਿਆ ਕਿ ਕੋਈ ਕਹਿਣ ਦੀ ਹੱਦ ਨਹੀਂ ਹੈਗੀ। ਸੋ ਮੇਨਲੀ ਤਾਂ ਇੱਕੋ ਹੀ ਗੱਲ ਕਿ ਪੰਜਾਬ ਸਰਕਾਰ ਨੇ ਪ੍ਰੈਜੈਂਟਲੀ ਜੋ ਹੈ ਬੱਸਿਸ 'ਚ ਕੁੜੀਆਂ ਨੂੰ ਟਰੈਵਲ ਫੀਮੇਲਸ ਨੂੰ ਟਰੈਵਲ ਫਰੀ ਕੀਤਾ ਹੋਇਆ ਹੈ। ਉਸ ਤੋਂ ਜ਼ਿਆਦਾ ਇੰਪੋਰਟੈਂਟ ਆਈ ਵੁੱਡ ਸੇ ਜੋ ਚੀਜ਼ ਹੈ ਉਹ ਇਹ ਹੈ ਕਿ ਟਰੈਵਲ ਨਾਲੋਂ ਸੇਫਟੀ ਜ਼ਰੂਰੀ ਹੈ। ਜੇ ਟਰੈਵਲ ਫਰੀ ਕਰਨਾ ਤਾਂ ਉਹ ਬੋਇਜ਼ ਵਾਸਤੇ ਵੀ ਹੋਣਾ ਚਾਹੀਦਾ ਹੈ, ਜੈਂਟਸ ਵਾਸਤੇ ਹੋਣਾ ਚਾਹੀਦਾ, ਬਟ ਜੋ ਸੇਫਟੀ ਹੈ ਉਹਦੀ ਕੁੜੀਆਂ ਨੂੰ ਜ਼ਿਆਦਾ ਜ਼ਰੂਰਤ ਹੈ। ਸੋ ਫਰੀ ਟਰੈਵਲ ਨਾਲੋਂ ਪ੍ਰੈਫਰੈਂਸ ਦੇਣੀ ਚਾਹੀਦੀ ਹੈ ਵਿਮਨ ਸੇਫਟੀ ਨੂੰ। ਸਰਕਾਰ ਵੀ ਇਹ ਕੰਮ ਠੀਕ ਕੀਤਾ ਪਰ ਬਦਨਾਮ ਜ਼ਿਆਦਾ ਹੋ ਚੁੱਕੀ ਹੈ। ਉਹਨਾਂ ਨੇ ਦਿੱਲੀ 'ਚ ਕੁਛ ਕਰਕੇ ਦਿਖਾਇਆ ਜੀ, ਹੁਣ ਕਾਂਗਰਸ ਤੇ ਅਕਾਲੀਆਂ ਨੂੰ ਤਾਂ ਸ਼ੁਰੂ ਤੋਂ ਹੀ ਦੇਖਦੇ ਆਏਗੇ। ਕੁਛ ਨਹੀਂ ਸਮਝ ਆਉਂਦਾ, ਇੰਨੀ ਮਹਿੰਗਾਈ ਹੋ ਰਹੀ ਹੈ, ਬੱਚਿਆਂ ਨੇ ਪੜ੍ਹਾਈਆਂ ਕੀਤੀਆਂ ਨੇ, ਘਰ ਘਰ ਬੈਠੇ ਨੇ, ਨੌਕਰੀਆਂ ਤੋਂ ਬੇਰੁਜ਼ਗਾਰ ਨੇ ਸਾਡੇ ਬੱਚੇ। ਅੱਜ ਕੱਲ੍ਹ ਪ੍ਰਾਈਵੇਟ ਜੋਬ 'ਤੇ ਕੰਮ ਕਰ ਰਹੇ ਨੇ, ਜਿੰਨਾ ਪੈਸਾ ਲਾਇਆ ਸਾਨੂੰ ਉਨਾ ਮਿਲ ਨਹੀਂ ਰਿਹਾ ਹੈਗਾ। ਇਸ ਕਰਕੇ ਚਾਹੁੰਦੇ ਹਾਂ ਕਿ ਸਾਨੂੰ ਉਹ ਸਰਕਾਰ ਚਾਹੀਦੀ ਹੈ ਜੋ ਸਾਡੇ ਬੱਚਿਆਂ ਦਾ ਸੁਧਾਰ ਹੋ ਸਕੇ। ਤੁਹਾਨੂੰ ਸਾਰਿਆਂ ਨੂੰ ਪਤਾ ਹੀ ਹੈ ਕਿ ਜਿਹੜੀ ਪੋਲੀਟੀਕਲ ਇੱਕ ਸਿਸਟਮ ਹੈ ਉਹ ਆਲਰੇਡੀ ਇੱਕ ਡਰਾਮਾ ਹੀ ਹੈ, ਅਤੇ ਹੁਣ ਅਸੀਂ ਇੱਦਾਂ ਕਹਿ ਨਹੀਂ ਸਕਦੇ, ਬਟ ਗੱਲ ਇਹ ਹੈ ਵੀ ਜਿਨ੍ਹਾਂ ਨੂੰ ਲੋਕ ਚੁਣਦੇ ਨੇ ਉਹਨਾਂ ਨੂੰ ਕਰਨਾ ਚਾਹੀਦਾ, ਅਤੇ ਮੈਨੂੰ ਹੁਣ ਤੱਕ ਲੱਗਿਆ ਵੀ ਪੰਜਾਬ ਦੇ ਵਿੱਚ ਉਹ ਚੀਜ਼ਾਂ ਨਹੀਂ ਹੋਈਆਂ ਜਿਹੜੀਆਂ ਕਿ ਹੋਣੀਆਂ ਚਾਹੀਦੀਆਂ ਸੀਗੀਆਂ। ਡਰਾਮੇਬਾਜ਼ ਇਹੀ ਨੇ ਜੀ, ਕੈਪਟਨ ਨੇ ਝੂਠੇ ਵਾਅਦੇ ਗੁਟਕਾ ਸਾਹਿਬ ਦੀ ਸੌਂਗ ਖਾਧੀ ਹੈ, ਇਹਨਾਂ ਨੇ ਇਹਨਾਂ ਨੂੰ ਉਹੀ ਭੁਗਤਣੀਆਂ ਪੈ ਰਹੀਆਂ ਜਿਹੜੇ ਗੁਰੂ ਗ੍ਰੰਥ ਸਾਹਿਬ ਦੀ ਸੌਂਗ ਖਾਧੀ। ਸਾਰੀਆਂ ਪਾਰਟੀਆਂ ਡਰਾਮੇਬਾਜ਼ ਹੀ ਨੇ ਜੀ, ਕੁਛ ਨਹੀਂ ਕਰਿਆ ਇਹਨਾਂ ਨੇ। ਜਿੰਨੀਆਂ ਸਰਕਾਰਾਂ ਬਣਦੀਆਂ ਗਈਆਂ, ਵਿੱਚ ਅਕਾਲੀ ਵਿੱਚ ਕਾਂਗਰਸੀ, ਸਭ ਝੂਠੇ ਵਾਅਦਿਆਂ 'ਤੇ ਰਹੇ ਨੇ। ਸਿੱਖਿਆ ਤੋਂ ਵੱਡਾ ਕੋਈ ਮੁੱਦਾ ਨਹੀਂ ਆਇਆ ਜੀ, ਠੀਕ ਹੈ ਜੀ। ਐਜੂਕੇਸ਼ਨ ਇੱਕ, ਮੈਂ ਹੋਰ ਕਹਿਣਾ ਚਾਹੁੰਦਾ, ਜਿੰਨੀਆਂ ਵੀ ਪਾਰਟੀਆਂ ਆਏ ਨੇ ਨਾ ਬਈ, ਇਹ ਜਿਹੜੀ 65 ਸਾਲ ਦੀ ਉਮਰ ਹੈ ਨਾ ਜੀ, ਇਹ ਬਜ਼ੁਰਗਾਂ ਦੀ 60 ਸਾਲ ਦੀ ਕਰਨ ਪੈਨਸ਼ਨ ਦੇ ਵਿੱਚ, ਅਤੇ ਪੈਨਸ਼ਨ ਘੱਟੋ ਘੱਟ 5,000 ਰੁਪਏ ਜੇ, ਹਾਲਾਤ ਜੈਸੇ ਆ ਗਏ ਨੇ, ਬਹੁਤ ਮਾੜੇ ਹਾਲਾਤ ਨੇ ਬਜ਼ੁਰਗਾਂ ਦੇ, ਸਾਰੇ ਜਾਣਦੇ ਨੇ। ਹਰਿਆਣਾ ਪੰਜਾਬ ਸਟੇਟ ਦੇਖੋ ਜੀ, ਅੱਛੀ 60 ਸਾਲ ਦੀ ਉਮਰ ਹੀ ਪੈਨਸ਼ਨ ਲੱਗਦੀ ਹੈ। ਜਿੱਤੂਗਾ ਜਿਹੜਾ ਕੰਮ ਕਰੂਗਾ ਜੀ, ਹੁਣ ਪਿਛਲੀਆਂ ਸਰਕਾਰਾਂ ਤਾਂ ਕੰਮ ਕਰਨ ਦੇ ਲਾਇਕ ਹੈ ਨਹੀਂ ਸੀਗੀਆਂ, ਹੁਣ ਇਸ ਵਾਰ ਇਹਨਾਂ ਨੂੰ ਦੇਖੋ ਵੀ ਨਤੀਜੇ ਇਹਨਾਂ ਦੇ ਸਾਹਮਣੇ 10 ਮਾਰਚ ਨੂੰ ਆ ਹੀ ਜਾਣਾ। ਕਾਂਗਰਸ ਪਾਰਟੀ ਨੇ ਸਾਨੂੰ ਕਿਹਾ ਸੀ ਫਾਰਮ ਸਾਡੇ ਭਰਾਏ ਗਏ ਆ, ਸਾਨੂੰ ਮੋਬਾਈਲ ਦੇ ਵਾਅਦੇ ਕੀਤੇ ਗਏ, ਸਾਨੂੰ ਵੋਟਾਂ ਦੇ ਕਿਹਾ, ਕੰਮ ਦੇ ਜੋਬ ਦੇ ਕਹਿਤੇ ਗਏ, ਕਿਸੇ ਨਹੀਂ ਲਵਾਇਆ ਸਾਨੂੰ। ਆਪਣੇ ਪੰਜਾਬ 'ਚ ਤਾਂ ਕੇਸ਼ਾਹੀ ਚੱਲ ਰਹੀ ਆ, ਦੋਹੇ ਪਾਰਟੀਆਂ ਲੈ ਕੇ ਦੇਖ ਲਿਆ ਆਪਾਂ ਨੇ, 70 ਸਾਲ ਉਹਨਾਂ ਨੂੰ ਦੇਤੇ, 20 ਸਾਲ ਅਕਾਲੀ ਨੂੰ ਵੀ ਦੇਤੇ, 19 ਸਾਲ, ਅਤੇ ਕੋਈ ਹੋਇਆ ਨਹੀਂ ਮੇਰੇ ਹਿਸਾਬ ਨਾਲ ਇੰਨਾ। ਹੁਣ ਦੇਖੋ ਕੈਪਟਨ ਸਾਹਿਬ ਨੇ ਕਿੰਨੇ ਵਾਅਦੇ ਕੀਤੇ ਆਪਾਂ ਨੂੰ ਵੀ ਉਹ ਕਰਾਂਗੇ ਜੀ, ਨੌਕਰੀਆਂ ਦੇਵਾਂਗੇ, ਘਰ ਘਰ ਨੌਕਰੀ ਦੇਵਾਂਗੇ, ਨੌਜਵਾਨਾਂ ਨੂੰ 2500 ਰੁਪਇਆ ਦੇਵਾਂਗੇ, ਕੋਈ ਉਹਨਾਂ ਦੇ ਸਭ ਜ਼ੀਰੋ ਨਿਕਲਿਆ ਸਭ ਕੁਛ। ਸਰਕਾਰਾਂ ਤੋਂ ਤੰਗ ਆ, ਇੰਨੇ ਪ੍ਰੋਮਿਸਿਸ ਕਰਕੇ ਅੱਜ ਦੇ ਟਾਈਮ ਪੂਰੇ ਨਹੀਂ ਕਰਦੀਆਂ। ਅਸੀਂ ਸਰਕਾਰ ਹੀ ਤੁਹਾਨੂੰ ਜੋਬ ਦਵਾਵਾਂਗੇ, ਇੱਦਾਂ ਕਰਾਂਗੇ, ਉੱਦਾਂ ਕਰਾਂਗੇ, ਲਾਈਕ ਅੱਜ ਤੱਕ ਚੰਨੀ ਨਵਾਂ CM ਆਏ ਨੇ, ਅਤੇ ਦੈਨ ਉਹਨਾਂ ਨੇ ਇੰਨੇ ਪ੍ਰੋਮਿਸਿਸ ਕਰੇ ਨੇ, ਚੰਨੀ ਹੋਈ ਪਈ ਆ, ਬਟ ਚੰਨੀ ਨੇ ਕੁਝ ਨਹੀਂ ਕੀਤਾ। ਸਰਕਾਰ ਦਾ ਕੀ ਫਾਇਦਾ ਸੀ, ਆਪ ਕਮਾਉਣਾ, ਆਪ ਆਪਣਾ ਘਰ ਚਲਾਉਣਾ। ਦੇਖੋ ਹਾਲੇ ਤੱਕ ਪੰਜਾਬ ਦੇ ਵਿੱਚ ਪੂਰੇ ਕੰਮ ਕੰਪਲੀਟ ਹੋਏ ਹੀ ਨਹੀਂ, ਨਾ ਰੋਡਸ ਹੋਈਆਂ, ਨਾ ਇੰਡਸਟਰੀਜ਼ ਆ, ਇੱਥੇ ਰੁਜ਼ਗਾਰ ਦੀ ਬਹੁਤ ਕਮੀ ਆ, 10 ਸਾਲ ਤੋਂ ਨਿਊ ਇੰਡਸਟਰੀਜ਼ ਕੋਈ ਲੱਗੀ ਨਹੀਂ। ਇਸ ਕਰਕੇ ਮਤਲਬ ਪਹਿਲਾ ਕੰਮ ਤਾਂ ਇਹਨਾਂ ਦਾ ਰੁਜ਼ਗਾਰ ਹੈ, ਇੰਡਸਟਰੀਜ਼ ਲਿਆਉਣੀ ਪੰਜਾਬ ਦੇ ਵਿੱਚ। ਸਭ ਤੋਂ ਧੋਖੇਬਾਜ਼ ਹੈ ਕੈਪਟਨ ਜਿਹੜਾ ਪਾਰਟੀ ਨਾਲ ਆਪਦਾ ਧੋਖਾ ਕਰ ਸਕਦਾ, ਉਹ ਦੂਏ ਦਾ ਕੀ ਸਵਾਰੂਗਾ। ਪ੍ਰਕਾਸ਼ ਬਾਦਲ ਅਤੇ ਸੁਖਬੀਰ ਬਾਦਲ ਜੀ ਨਾਲ ਕੈਪਟਨ ਹੈ, ਕਲਾਸਮੇਟ ਉਹਨਾਂ ਦਾ, ਸੁੱਖਾ ਗੱਪੀ ਜੀ ਸਿਰੇ ਦਾ। ਕਦੇ ਅਕਾਲੀ ਕਦੇ ਕਾਂਗਰਸੀ, ਕਦੇ ਅਕਾਲੀ ਕਦੇ ਕਾਂਗਰਸੀ, ਝੂਠੇ ਲਾ ਰਹੇ ਨੇ ਜੀ, ਕੁਛ ਨਹੀਂ ਕੀਤਾ। ਸਾਡੇ ਹਲਕਿਆਂ 'ਚ ਆ ਕੇ ਦੇਖੋ, ਸੜਕਾਂ ਤਾਂ ਇਹਨਾਂ ਤੋਂ ਬਣਦੀਆਂ ਨਹੀਂ, ਹੋਰ ਇਹ ਕੀ ਕਰਨਗੇ। ਬੜੇ ਬੜੇ ਦਾਅਵੇ ਕਰਦੇ ਨੇ, ਅਸੀਂ ਆਹ ਬਣਾਵਾਂਗੇ, ਅਸੀਂ ਹੋਸਪਿਟਲ ਤਿਆਰ ਕਰਾਂਗੇ, ਅਸੀਂ LED ਲਾਈਟਾਂ ਲਵਾ ਕੇ ਰੋਡ ਬਣਾਵਾਂਗੇ, ਤਾਂ ਮੈਨੂੰ ਇਹ ਤਾਂ ਦੱਸੋ ਜਿਹੜੇ ਰੋਡ ਟੁੱਟੇ ਪਏ ਨੇ ਉਹਨਾਂ 'ਤੇ ਤਾਂ ਤੁਸੀਂ ਪੱਚ ਲਵਾ ਦਿੰਦੇ ਹੋ। ਵਿੱਚ ਅਕਾਲੀ ਹੈ, ਵਿੱਚ ਕਾਂਗਰਸੀ, ਵਿੱਚ ਐਂਡ ਖਾਸ ਕਰ ਸਭ ਤੋਂ ਵੱਡੀ ਜਿਹੜੀ ਡਰਾਮੇਬਾਜ਼ ਹੈਗੀ ਆ ਉਹ BJP। ਜੇ ਮੈਂ ਤੁਹਾਨੂੰ CM ਬਣਾਵਾਂ, ਸਭ ਤੋਂ ਪਹਿਲੀ ਤਬਦੀਲੀ ਕਿਹੜੀ ਲੈ ਕੇ ਆਓਗੇ? ਤਬਦੀਲੀ ਤਾਂ ਅਸੀਂ ਦੇਖੋ ਜੀ ਵਿਕਾਸ ਕਰਾਂਗੇ ਦੇਸ਼ ਦਾ, ਗਰੀਬਾਂ ਦੀ ਗਰੀਬੀ ਦੂਰ ਕਰਾਂਗੇ, ਕਿਸਾਨਾਂ ਕੇ ਨਹੀਂ ਦੇਖਾਂਗੇ। ਹਾਂਜੀ, ਸਭ ਤੋਂ ਵੱਡੀ ਗੱਲ ਹੈ, ਜਿਹੜਾ ਗਰੀਬ ਹੈ ਪਹਿਲਾਂ ਇੱਥੋਂ ਚੱਕਾਂਗੇ, ਅਮੀਰ ਤਾਂ ਅਮੀਰ ਹੈ, ਉਹਦਾ ਕੀ ਦੇਖਣਾ। ਆਪਣੇ ਅੱਜ ਆਉਣ ਵਾਲੀ ਜਨਰੇਸ਼ਨ ਨੂੰ ਕੀ ਚਾਹੀਦੀ ਹੈ? ਸਟੱਡੀ, ਮੈਡੀਕਲ ਫੈਸਿਲਿਟੀ ਹੋਣੀ ਚਾਹੀਦੀ ਹੈ। ਜੇ ਆਪਾਂ ਨੂੰ 2 ਚੀਜ਼ਾਂ ਉਰੀ ਮਿਲ ਜਾਣਗੀਆਂ, ਬੰਦਾ ਹੋਰ ਕਿਤੇ ਕਿਉਂ ਜਾਊਗਾ? ਬੇਰੁਜ਼ਗਾਰੀ ਚੱਕਣੀ ਜ਼ਰੂਰੀ ਆ ਆਪਣੇ 'ਚੋਂ,
अपने जिहड़े एडमिनिस्ट्रेशन है उन्हूं सही करना, मेरे ख्याल उहदे नाल ही काफ़ी ज़्यादा फर्क पै सकदा। बेरोज़गारी बहुत है जी उरे, बेरोज़गारी खत्म हो जाए सब पता ही चाहते हैं। सब तो वड्डी गल तां हैगी जिवें इंपलॉयमेंट ही, इंपलॉयमेंट बहुत घट है जिवें अपने इधर ही पिछले चार पाँच सालों से कोई नौकरी निकली, जिवें मेरे सिस्टर ने दो तीन पेपर सॉल्व भी करे हुए ने, कढ़े हुए ने रैंक भी उन्होंने पंजाब च, तां भी उन्हां नूं कोई नौकरी नहीं मिली पिछले दो सालों, तां करके पहली गल तां इंपलॉयमेंट ते ध्यान देवांगे। वोट पानी सब तो जरूरी है, वोट पाने लई अगे आओ, तो यही मैं मैसेज देना चाहवाँगा। कई लोग की सोचते हैं कि यार मेरा वह भी कैंडीडेट पसंद नहीं, वह भी कैंडीडेट पसंद नहीं, पर मैं उन्होंने कहना चाहवाँगा कैंडीडेट कोई भी हो वोट हमेशा पाओ ता कि जो रिजल्ट आ वो अपन प्रोपर मिले। पंजाब में पूरे वासियों हाथ जोड़ के बेनती करता कि वोट बहुत ही वड्डा मुद्दा है, तुम पाओगे तो थोड़े सहयोग न ही जो कैंडीडेट पानी सोच समझ के पाना, ये रिक्वेस्ट है। मेरी सारे बेनती जरूर है अपनी वोट खराब ना करियो, क्योंकि पिछले बारी भी कुछ नुकसान होया, लोगों ने वोट नहीं पाई जिस करके कि कुछ गलत बंदे भी आप नजायज़ फायदा उठा जाते हैं। हर एक वोट पानी चाहिए है, अपने हक का प्रयोग करना चाहिए है, ये तो जन्म सिद्ध अधिकार है, इस पावर मिलेगी करो। सब्सक्राइब करना।